ਆਏ ਵੀਰੇ ਮੈਨੂੰ ਕਹਿੰਦਾ ਮੈਂ ਮੰਮੀ ਮੇਰੇ ਡੰਡ ਪੀੜ ਹੁੰਦੀ ਮੈਂ ਦਵਾਈ ਲਿਆਵਾਂ ਮੈਂ ਵੀਰਾ ਕਿਹੜੀ ਦਵਾਈ ਲੈ ਕੇ ਬਹਿ ਗਿਆ ਮੇਰਾ ਬੁੱਢਾ ਮੈਂ ਤਾਂ ਕਿਉਂ ਦੱਸਦੇ ਹਾਂ। ਫਤਿਹਗੜ੍ਹ ਚੂੜੀਆਂ ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ। 2-3 ਦਿਨਾਂ ਤੋਂ ਘਰ ਤੋਂ ਲਾਪਤਾ ਸੀ ਨੌਜਵਾਨ। ਨੌਜਵਾਨ ਦੀ ਲਾਸ਼ ਨਜ਼ਦੀਕ ਪਈਆਂ ਸਨ ਸਰਿੰਜਾਂ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕੀਤੀ ਕਾਰਵਾਈ ਸ਼ੁਰੂ। ਸਰਕਾਰ ਨਸ਼ਾ ਬੰਦ ਕਰਾਵੇ। ਪਰਿਵਾਰਿਕ ਮੈਂਬਰ, ਪੰਜਾਬ 'ਚ ਨਸ਼ਿਆਂ ਦਾ 6ਵਾਂ ਦਰਿਆ ਵਗ ਰਿਹਾ ਹੈ ਅਤੇ ਲਗਾਤਾਰ ਦਿਨੋ ਦਿਨ ਨਸ਼ਾ ਵੱਧਦਾ ਜਾ ਰਿਹਾ ਹੈ, ਜਿਸ ਨਾਲ ਨੌਜਵਾਨਾਂ ਦੀਆਂ ਲਗਾਤਾਰ ਮੌਤਾਂ ਵੀ ਹੋ ਰਹੀਆਂ ਹਨ। ਇਸੇ ਤਰ੍ਹਾਂ ਅੱਜ ਫਤਿਹਗੜ੍ਹ ਚੂੜੀਆਂ ਵਿਖੇ ਵੀ ਇੱਕ ਹੋਰ ਨੌਜਵਾਨ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ, ਜਿਸ ਦੀ ਪਹਿਚਾਣ ਕੰਵਰਦੀਪ ਸਿੰਘ ਪੁੱਤਰ ਗੁਰਦੀਪ ਸਿੰਘ 25 ਸਾਲਾ ਵਾਸੀ ਤਲਵੰਡੀ ਨਾਰ ਵਜੋਂ ਹੋਈ। ਫਤਿਹਗੜ੍ਹ ਚੂੜੀਆਂ ਤੋਂ 1 ਕਿਲੋਮੀਟਰ ਦੂਰ ਪਿੰਡ ਤਲਵੰਡੀ ਨਾਰ ਦਾ ਨੌਜਵਾਨ ਪਿਛਲੇ ਵੀਰਵਾਰ ਤੋਂ ਘਰੋਂ ਲਾਪਤਾ ਸੀ, ਜਿਸ ਦੀ ਅੱਜ ਲਾਸ਼ ਫਤਿਹਗੜ੍ਹ ਚੂੜੀਆਂ ਦੇ ਬਿਜਲੀ ਘਰ ਦੇ ਝਾੜੀਆਂ ਵਾਲੇ ਪਾਸੇ ਤੋਂ ਮਿਲੀ ਹੈ ਅਤੇ ਲਾਸ਼ ਦੇ ਨਜ਼ਦੀਕ ਤੋਂ ਸਰਿੰਜ ਵੀ ਬਰਾਮਦ ਹੋਈ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਮ੍ਰਿਤਕ ਕੰਵਰਦੀਪ ਸਿੰਘ ਦੇ ਤਾਏ ਦੇ ਪੁੱਤ ਭਰਾ ਅਮਰਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਭਰਾ ਪਿਛਲੇ ਲੰਬੇ ਸਮੇਂ ਤੋਂ ਨਸ਼ਾ ਕਰਦਾ ਸੀ, ਜਿਸ ਨੂੰ ਕਈ ਵਾਰ ਨਸ਼ਾ ਛਡਾਊ ਕੇਂਦਰ ਵੀ ਦਾਖਲ ਕਰਵਾਇਆ ਗਿਆ ਸੀ, ਪਰ ਇਲਾਕੇ 'ਚ ਨਸ਼ਾ ਜ਼ਿਆਦਾ ਹੋਣ ਕਾਰਨ ਉਹ ਦੁਬਾਰਾ ਨਸ਼ਾ ਕਰਨਾ ਸ਼ੁਰੂ ਕਰ ਲੈਂਦਾ ਸੀ ਅਤੇ ਹੁਣ ਪਿਛਲੇ ਵੀਰਵਾਰ ਤੋਂ ਘਰੋਂ ਲਾਪਤਾ ਸੀ, ਜਿਸ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਕਿਸੇ ਨੇ ਫੋਨ 'ਤੇ ਦੱਸਿਆ ਕਿ ਉਹਨਾਂ ਦੇ ਭਰਾ ਦੀ ਲਾਸ਼ ਫਤਿਹਗੜ੍ਹ ਚੂੜੀਆਂ ਦੇ ਬਿਜਲੀ ਘਰ ਕੰਪਲੈਕਸ 'ਚ ਪਈ ਹੈ ਅਤੇ ਉਹਨਾਂ ਆ ਕੇ ਦੇਖਿਆ ਕਿ ਉਹਨਾਂ ਦੇ ਭਰਾ ਦੀ ਗਲੀ ਸੜੀ ਲਾਸ਼ ਪਈ ਸੀ ਅਤੇ ਜਿਸ ਦੇ ਨਜ਼ਦੀਕ ਸਰਿੰਜ ਵੀ ਮੌਜੂਦ ਸੀ। ਉਹਨਾਂ ਮੰਗ ਕੀਤੀ ਕਿ ਫਤਿਹਗੜ੍ਹ ਚੂੜੀਆਂ ਇਲਾਕੇ 'ਚੋਂ ਨਸ਼ਾ ਖਤਮ ਹੋਣਾ ਚਾਹੀਦਾ ਹੈ। ਮ੍ਰਿਤਕ ਦੀ ਮਾਂ ਮਨਜੀਤ ਕੌਰ ਨੇ ਕਿਹਾ ਕਿ ਉਸ ਦਾ ਨੌਜਵਾਨ ਲੜਕਾ, ਜਿਸ ਦਾ ਅਜੇ ਵਿਆਹ ਵੀ ਨਹੀਂ ਹੋਇਆ ਅਤੇ ਘਰੋਂ ਲਾਪਤਾ ਸੀ ਅਤੇ ਘਰੋਂ ਪੇਟ ਦਰਦ ਦੀ ਦਵਾਈ ਲੈਣ ਗਿਆ ਸੀ ਅਤੇ ਹੁਣ ਉਹਨੂੰ ਫੋਨ 'ਤੇ ਪਤਾ ਲੱਗਾ ਕਿ ਉਹਨਾਂ ਦੀ ਲੜਕੇ ਦੀ ਮੌਤ ਹੋ ਗਈ ਹੈ। ਇਸ ਸੰਬੰਧੀ SI ਸੁਖਵਿੰਦਰਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੰਵਰਦੀਪ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਈ ਹੈ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਫਤਿਹਗੜ੍ਹ ਚੂੜੀਆਂ ਦੇ ਬਿਜਲੀ ਘਰ ਕੰਪਲੈਕਸ 'ਚੋਂ ਇੱਕ 24-25 ਸਾਲਾ ਨੌਜਵਾਨ ਦੀ ਡੈੱਡ ਬੋਡੀ ਮਿਲੀ ਹੈ। ਦੱਸਿਆ ਜਾ ਰਿਹਾ ਕਿ ਉਹ ਡੈੱਡ ਬੋਡੀ 3-4 ਦਿਨ ਤੋਂ ਉੱਥੇ ਪਈ ਸੀ ਅਤੇ ਉਸਦਾ ਪਿੰਡ ਤਲਵੰਡੀ ਨਾਰ ਦੱਸਿਆ ਜਾ ਰਿਹਾ ਅਤੇ ਪਰਿਵਾਰਕ ਮੈਂਬਰ 2-3 ਦਿਨ ਤੋਂ ਉਸਦੀ ਭਾਲ ਕਰ ਰਹੇ ਸੀ ਅਤੇ ਪਰਿਵਾਰਕ ਮੈਂਬਰਾਂ ਨੂੰ ਕਿਸੇ ਨੇ ਸੂਚਿਤ ਕੀਤਾ ਅਤੇ ਪੁਲਿਸ ਨੂੰ ਵੀ ਫੋਨ ਰਾਹੀਂ ਦੱਸਿਆ ਕਿ ਉੱਥੇ ਡੈੱਡ ਬੋਡੀ ਪਈ ਹੈ। ਇੱਥੇ ਪੁਲਿਸ ਵਾਲੇ ਵੀ ਪਹੁੰਚੇ ਨੇ, ਪਰਿਵਾਰਕ ਮੈਂਬਰ ਵੀ ਪਹੁੰਚੇ ਨੇ, ਗੱਲਬਾਤ ਕਰਦੇ ਹਾਂ। ਘਰੋਂ ਤਾਂ ਦਵਾਈ ਲੈਣ ਆਇਆ ਸੀ, ਬਾਅਦ 'ਚ ਮਤਲਬ ਕਿ ਪਤਾ ਲੱਗਿਆ ਕਿ ਇੱਥੇ ਆ ਕੇ ਨੇ ਚਿੱਟਾ ਲਾਇਆ ਵਾ, ਚਿੱਟਾ ਲਾਉਣ ਕਰਕੇ ਇਹਦੀ ਮੌਤ ਹੋਈ ਆ। ਕਾਫ਼ੀ ਇਹਨੂੰ ਡੱਕੀ ਦਾ ਕਿ ਨਾ ਇਹ ਕੰਮ ਕਰ, ਪਰ ਹਟਦਾ ਨਹੀਂ। ਫਿਰ ਚਿੱਟਾ ਇਹਨੂੰ ਕਾਫ਼ੀ ਮਿਲ ਜਾਂਦਾ, ਪਤਾ ਨਹੀਂ ਕਿੱਥੋਂ ਮਿਲਦਾ ਇੰਨਾ ਚਿੱਟਾ, ਇਹਦੇ ਕੋਲ ਕਿੱਥੋਂ ਆਉਂਦਾ ਵਾ, ਸਾਨੂੰ ਕੋਈ ਨਹੀਂ ਸਮਝ ਆਉਂਦੀ। ਮਤਲਬ ਕਿ ਸਰਕਾਰਾਂ ਨੂੰ ਚਾਹੀਦਾ ਕਿ ਚਿੱਟਾ ਬੰਦ ਕਰਨ ਅਤੇ ਮਤਲਬ ਕਿ ਨੌਜਵਾਨਾਂ ਦੀ ਮੌਤ ਨਾ ਹੋਏ ਜਿਹੜੀ। ਘਰੋਂ ਕਿੰਨੇ ਦਿਨਾਂ ਤੋਂ ਲਾਪਤਾ ਸੀ? ਇਹ ਵੀਰਵਾਰ ਦਾ ਜੀ 3 ਵਜੇ ਦਾ ਲਾਪਤਾ ਹੋਇਆ ਘਰੋਂ। ਹਾਂਜੀ, ਬਹੁਤ ਜਗ੍ਹਾ ਭਾਲਿਆ, ਮਤਲਬ ਕਿ ਨਹੀਂ ਪਤਾ ਲੱਗਿਆ ਕਿਤੇ ਵੀ, ਅਤੇ ਅੱਜ ਕਿਸੇ ਨੇ ਫੋਨ ਕੀਤਾ ਕਿ ਤੁਹਾਡਾ ਮਤਲਬ ਕਿ ਇੱਦਾਂ ਇੱਦਾਂ ਬੰਦਾ ਉੱਥੇ ਵਿਆਹ 'ਤੇ ਆ ਕੇ ਦੇਖਿਆ ਅਤੇ ਮਤਲਬ ਕਿ ਆਪਣਾ ਹੀ ਬੰਦਾ ਮਿਲਿਆ। ਲਾਗੇ ਸਰਿੰਜਾਂ ਸੁਰਜਾਂ ਵੀ ਪਈਆਂ? ਹਾਂਜੀ, ਸਾਰਾ ਕੁਛ ਹੀ ਪਿਆ ਉੱਥੇ, ਜਿੱਦਾਂ ਟੀਕਾ ਲਾਇਆ ਉੱਦਾਂ ਹੀ ਸੁਰਜਿਆ ਪਿਆ। ਕਿੱਥੋਂ ਕਰਦਾ ਚਿੱਟੇ ਦਾ? ਇਹ ਕਾਫ਼ੀ ਚਿਰ ਹੋ ਗਿਆ, ਮਤਲਬ ਕਿ 8-10 ਸਾਲ ਹੀ ਹੋ ਜਾਂਦੇ। 8-10 ਸਾਲ ਤੋਂ ਚਿੱਟਾ ਕਰ ਰਹੇ? ਹਾਂਜੀ। ਅਤੇ ਤੁਸੀਂ ਡੱਕੀ ਆਟੋਮੈਟਿਕ ਸੈਂਟਰ? ਬੜਾ ਡੱਕੀ ਦਾ ਹੀ, ਮਤਲਬ ਕਿ ਦਾਖਲ ਵੀ ਕਰਵਾਇਆ, 1-2 ਵਾਰੀ ਛੱਡ ਦਿੰਦਾ, ਫਿਰ ਮਤਲਬ ਕਿ ਲੱਗ ਜਾਂਦਾ ਸੀ। ਚਿੱਟਾ ਬੰਦ ਹੋਣਾ ਚਾਹੀਦਾ ਵਾ, ਇਹਦੇ ਮਤਲਬ ਕਿ ਬਰਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਆ, ਆਉਣ ਵਾਲੀ ਪੀੜ੍ਹੀ ਜਿਹੜੀ ਬਚੀ ਰਹੇ। ਤੁਹਾਡਾ ਕੀ ਲੱਗਦਾ?
ਮੇਰਾ ਭਰਾ ਹੀ ਲੱਗਦਾ ਤਾਏ ਦਾ ਮੁੰਡਾ। ਤੁਹਾਡਾ ਕੀ ਨਾਮ? ਅਮਰਦੀਪ ਸਿੰਘ। ਵੀਰਵਾਰ 4 ਦਿਨ ਹੋ ਗਏ, 14 ਦਿਨ ਮਿਲਿਆ ਮੇਰਾ ਪੁੱਤ, ਪਤਾ ਨਹੀਂ ਵੀਰੇ ਚਿੱਟਾ ਕਰਦਾ ਮੈਨੂੰ ਕਹਿੰਦਾ ਮੈਂ ਮੰਮੀ ਮੇਰੇ ਡੈਡੀ ਪੀੜ ਹੁੰਦੀ, ਮੈਂ ਦਵਾਈ ਲਿਆਵਾਂ, ਮੈਂ ਵੀਰਾ ਕਿਹੜੀ ਦਵਾਈ ਲੈ ਕੇ ਬਹਿ ਗਿਆ ਮੇਰਾ ਬੁੱਢਾ, ਮੈਂ ਤਾਂ ਘਿਓ ਦੇ ਸਿਰ ਤੇ ਆ, ਮੈਨੂੰ 3 ਦਿਨ ਹੋ ਗਏ 4 ਦਿਨ ਦੀਦੀ ਨੂੰ ਪੁੱਤ ਨੂੰ, ਮੈਨੂੰ ਰਾਤੀ ਨੀਂਦ ਲੱਗਦੀ। ਅਸੀਂ ਤੇ ਇਹ ਚਾਹੁੰਦੇ ਹਾਂ ਵੀ ਚਲੋ ਬੱਚੇ ਨੇ ਗਲਤੀ ਕੀਤੀ, ਉਹਦੀ ਡੈਡ ਬੋਡੀ ਪਈ ਰਹੀ ਆ, ਪਰ ਅਸੀਂ ਆਉਂਦੇ ਹਾਂ ਵੀ ਇਹ ਨਸ਼ਾ ਖਤਮ ਹੋਣਾ ਚਾਹੀਦਾ। ਇੱਕ ਬੱਚੇ ਦੀ ਜਾਨ ਗਈ ਆ, ਕੱਲ੍ਹ ਹੋਰ ਨਾ ਲਈ ਜਾ ਸਕਦੀ ਆ, ਇਹ ਕਰੇ ਇਹ ਚੀਜ਼ ਨੂੰ ਆਪਾਂ ਦੂਰ ਕਰੀਏ ਸਾਰੇ ਭਰਾ ਰਲ ਮਿਲ ਕੇ, ਜਿੱਥੇ ਕੋਈ ਲੱਭਦਾ ਇਹੋ ਜਿਹਾ ਨਸ਼ੇ ਵਾਲਾ ਬੰਦਾ ਜਾਂ ਕੋਈ ਜਿਹੜਾ ਕੋਈ ਨਸ਼ਾ, ਉਹਦੇ ਵੱਧ ਤੋਂ ਵੱਧ ਕਾਰਵਾਈ ਕੀਤੀ ਜਾਵੇ। ਆਪਣਾ 3-4 ਦਿਨ ਤੋਂ ਲੱਗਦੀ ਹੈ ਡੈਡ ਬੋਡੀ ਪਈ, ਤੇ ਕੋਈ ਸਮੈਲ ਵਗੈਰਾ ਨੀ ਤੁਹਾਨੂੰ? ਇੱਥੇ ਪਹਿਲਾਂ ਵੀ ਕੋਈ ਬੰਦੇ ਬੁੰਦੇ ਆਉਂਦੇ ਰਹੇ ਅਣਪਛਾਤੇ ਕੋਈ ਕਿ ਨਹੀਂ? ਨਾ ਨਾ, ਸਿਰਫ ਇੱਥੇ ਪਿਸ਼ਾਬ ਸ਼ੂਗਰ ਨਹੀਂ ਲੋਕ ਆਉਂਦੇ, ਬਸ ਉਸ ਤੋਂ ਬਾਅਦ ਕੋਈ ਨਹੀਂ ਹੁੰਦਾ, ਪਿਸ਼ਾਬ ਕਰਕੇ ਚੱਲ ਜਾਂਦੇ ਬਸ। ਅੱਛਾ ਹਾਂਜੀ ਭੈਣ ਜੀ, ਤੁਹਾਨੂੰ ਵੀ ਨਹੀਂ ਲੱਗਾ ਪਤਾ? ਨਹੀਂ, ਮੈਂ ਅੱਜ ਲੱਗਾ ਪਤਾ। ਨਾ ਅੱਜ ਨਹੀਂ ਮੈਨੂੰ ਪਤਾ, ਤੁਸੀਂ ਉਹਨਾਂ ਪਤਾ ਲੱਗਾ, ਤੁਸੀਂ ਇਹਨਾਂ ਨੇ ਭਾਜੀ ਨੇ ਸਾਨੂੰ ਕਿਹਾ। ਅੱਛਾ ਅੱਛਾ, ਕਿਸੇ ਨੇ ਕੰਪਲੇਂਟ ਕੀਤੀ ਆਪਣੇ? ਸਾਨੂੰ ਪਤਾ ਹੀ ਨਹੀਂ, ਸਾਨੂੰ ਇੰਨਾ ਹੀ ਇੱਕ ਬੰਦੇ ਕੱਟ ਲਾਏ ਸੀ, ਸਾਨੂੰ ਨਹੀਂ ਪਤਾ ਕੀ ਗੱਲ। ਮੇਰਾ ਖਿਆਲ ਨਸ਼ਾ ਕੀਤਾ ਸੀ, ਓਵਰਡੋਜ਼ ਹੀ ਘੱਟ ਹੀ ਹੋਈ ਆ ਇਹਨਾਂ ਦੀ, ਕਵਰਦੀਪ ਸਿੰਘ ਦਾ ਹੁਣ ਪਤਾ ਲੱਗਾ ਸਾਨੂੰ, ਅਸੀਂ ਇਹਦੀ ਸ਼ਨਾਖਤ ਕੀਤੀ ਆ, ਅਤੇ ਹੁਣ ਕਵਰਦੀਪ ਸਿੰਘ ਉੱਥੇ ਗੁਰਦੀਪ ਸਿੰਘ ਆ ਵਾਸੀ ਤਲਵੰਡੀ ਨਾਲ ਜਿਹੜਾ ਪਿੰਡ ਆ, ਇਹ ਕੋਈ ਨਸ਼ਾ ਕਰਨ ਲੱਗਾ ਸੀ ਆ ਬੀਜੀ ਘਰ ਦੇ ਵਿੱਚ, ਅਤੇ ਓਵਰਡੋਜ਼ ਕਰਕੇ ਇਹਦੀ ਮੌਤ ਹੋ ਗਈ। ਲਾਗੇ ਸਰੀਜ਼ਾਂ ਵੀ ਪਈਆਂ? ਪਈਆਂ ਨੇ, ਪਈ ਵੇਖੀਆਂ, ਸਿੰਜ ਵੀ ਪਈ ਆ, ਮਿਲੀ ਸਾਨੂੰ ਸਿੰਜ। ਇਹ ਸਨ ਜੀ ਮ੍ਰਿਤਕ ਕਵਰਦੀਪ ਸਿੰਘ ਦੇ ਪਰਿਵਾਰਕ ਮੈਂਬਰ ਅਤੇ ਪੁਲਿਸ ਅਧਿਕਾਰੀ ਐਸ ਆਈ ਸੁਖਵਿੰਦਰ ਸਿੰਘ, ਜਿਨ੍ਹਾਂ ਦਾ ਕਹਿਣਾ ਹੈ ਕਿ ਜੋ ਇਹ ਫਤਿਹਗੜ੍ਹ ਚੂੜੀਆਂ ਦੇ ਬਿਜਲੀ ਕੰਪਲੈਕਸ ਵਿੱਚ ਡੈੱਡ ਬੋਡੀ 2-3 ਦਿਨ ਤੋਂ ਪਈ ਸੀ, ਉਸਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ, ਅਤੇ ਡੈੱਡ ਬੋਡੀ ਦੇ ਨਜ਼ਦੀਕ ਸਰਿੰਜਾਂ ਵੀ ਪਈਆਂ ਨੇ, ਜਿਸ ਤੋਂ ਇਹ ਸਾਬਤ ਹੈ ਕਿ ਇਸਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਕਵਰਦੀਪ ਸਿੰਘ ਜੋ ਚਿੱਟੇ ਦਾ ਨਸ਼ਾ ਕਰਦਾ ਸੀ, ਅਤੇ ਕਈ ਵਾਰ ਇਸ ਨੂੰ ਸੈਂਟਰ ਵੀ ਦਾਖਲ ਕਰਾਇਆ ਸੀ, ਅਤੇ ਹੁਣ 2-3 ਦਿਨ ਤੋਂ ਘਰੋਂ ਲਾਪਤਾ ਸੀ, ਅਤੇ ਹੁਣ ਇਸਦੀ ਡੈੱਡ ਬੋਡੀ ਫਤਿਹਗੜ੍ਹ ਚੂੜੀਆਂ ਦੇ ਬਿਜਲੀ ਕੰਪਲੈਕਸ 'ਚੋਂ ਮਿਲੀ ਹੈ।